ਤੇ ਅੱਜ ਇੱਕ ਮੈਂ ਗੱਲ ਕਰਨੀ ਸੀ ਗੁਰਬਾਣੀ ਦੇ ਸੰਬੰਧ ਵਿੱਚ, ਗੁਰਬਾਣੀ ਦੀ ਵਰਤੋਂ ਦੇ ਸੰਬੰਧ ਵਿੱਚ, ਕਿਉਂਕਿ ਜਦੋਂ ਤੁਹਾਡੇ ਵਾਲਾ ਇੰਸੀਡੈਂਟ ਹੋਇਆ ਉਹ ਤੋਂ ਬਾਅਦ ਵੀ ਆ ਗੱਲਾਂ ਕਾਫੀ ਚੱਲੀਆਂ, ਕਈ ਨੇ ਮੇਰੇ ਬਣਾਏ ਕਲੈਪ ਵੀ ਵੱਢ ਕੱਟ ਕੀਤੀ ਵੀ ਇਹ ਕਿਤੇ ਗੁਰਬਾਣੀ ਬੈਨ ਹੋਣੀ ਚਾਹੀਦੀ ਆ, ਗੁਰਬਾਣੀ ਤੇ ਪਾਬੰਦੀ ਲੱਗਣੀ ਚਾਹੀਦੀ ਆ। ਜਦਕਿ ਗੱਲ ਉਹੀ ਆ, ਜਿਸ ਤਰੀਕੇ ਦੇ ਨਾਲ ਇਹ ਲਿਖਿਆ ਕੁਝ ਹੋ ਰਿਹਾ ਉਹਨੂੰ ਪੇਸ਼ ਕਿਸੇ ਹੋਰ ਤਰੀਕੇ ਦੇ ਨਾਲ ਕਰਦੇ ਆ, ਉਹੀ ਧਰੋ ਜਿਹੜਾ ਹੈਗਾ ਇਹ ਗੁਰਬਾਣੀ ਦੇ ਨਾਲ ਕਰਦੇ ਆ। ਗੁਰਬਾਣੀ ਦੀ ਵਰਤੋਂ, ਵਰਤੋਂ ਨਹੀਂ ਦੁਰਵਰਤੋਂ ਆਪਾਂ ਉਹਨੂੰ ਕਹਿ ਸਕਦੇ। ਜੇ ਤੈਨੂੰ ਚੇਤਾ ਹੋਣਾ ਇੱਕ ਵਾਰੀ ਨਾ ਸੱਤ ਅੱਠ ਸਾਲ ਪਹਿਲਾਂ ਦੀ ਗੱਲ ਆ ਸ਼ਾਇਦ, ਜਿਹੜਾ ਰਾਮ ਰਹੀਮ ਸੀਗਾ, ਹਾਂਜੀ, ਇਹਦੇ ਦਰਬਾਰ ਦੇ ਵਿੱਚ ਇੱਕ ਰਾਗੀ ਜਥਾ ਬੈਠਾ ਸੀ ਸਾਹਮਣੇ। ਹਾਂਜੀ 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 ਹਾਂਜੀ। ਉਹ ਸ਼ਾਇਦ ਉਹਨੇ ਬਾਅਦ ਚ ਮਾਫ਼ੀ ਵੀ ਮੰਗੀ ਸੀ ਜਾਂ ਕੁਛ ਹੋਇਆ ਸੀਗਾ, ਮੈਨੂੰ ਨਾਂ ਨੀ, ਬਲਵੀਰ ਸਿੰਘ, ਮੈਨੂੰ ਨਾਂ ਉਹਦਾ ਭੁੱਲ ਗਿਆ, ਯਾਨੀ ਕਿ ਉਹ ਸਾਹਮਣੇ ਬੈਠਾ ਗੁਰਬਾਣੀ ਦੇ ਸ਼ਬਦ ਗਾਉਂਦਾ ਪਿਆ ਔਰ ਪੇਸ਼ ਇਸ ਤਰੀਕੇ ਦੇ ਨਾਲ ਕਰ ਰਿਹਾ ਜਿੱਥੇ ਗੁਰੂ ਸ਼ਬਦ ਆ ਰਿਹਾ ਵੀ ਉਹ ਗੁਰੂ ਸ਼ਬਦ ਜਿਹੜਾ ਵਾ ਰਾਮ ਰਹੀਮ ਵਾਸਤੇ ਵਰਤਿਆ ਜਾ ਰਿਹਾ, ਜਿਹੜਾ ਵੀ ਗੁਰੂ ਨਾਨਕ ਸਾਹਿਬ ਵਾਸਤੇ ਸ਼ਬਦ ਵਰਤਿਆ ਗਿਆ ਵੀ ਉਹ ਇਹਨਾਂ ਵਾਸਤੇ ਵਰਤਿਆ ਗਿਆ, ਔਰ ਆਪਣੇ ਆਪ ਨੂੰ ਕਹਿੰਦਾ ਸੀਗਾ ਵੀ ਅਸੀਂ ਭਾਈ ਮਰਦਾਨੇ ਦੀ ਖਾਲੀ ਚੌਦਵੀਂ ਕਿ ਸੋਲਵੀਂ ਕਿਹੜੀ ਕੁਲ ਦੇ ਵਿੱਚ, ਕੁਲ ਵਿੱਚੋਂ ਆ, ਹਾਂਜੀ, ਉਹੀ ਜੋੜੀ ਜਿਹੜੀ ਆ ਇੱਥੇ ਹੁਣ ਫੇਰ ਜੁੜ ਗਈ, ਸਾਹਮਣੇ ਸਤਿਗੁਰੂ ਬੈਠੇ ਆ ਤਾਂ ਅਸੀਂ ਭਾਈ ਮਰਦਾਨੇ ਦੀ ਕੁਲ ਦੇ ਵਿੱਚੋਂ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਹੈਗੇ ਬੈਠੇ ਆ। ਪਰ ਉਹਦੇ ਉੱਤੇ ਬੜੇ ਲੋਕਾਂ ਨੇ ਇਤਰਾਜ਼ ਕੀਤਾ ਸੀਗਾ ਇਸ ਗੱਲ ਤੇ, ਸ਼ਾਇਦ ਉਹ ਕੋਈ ਸਜ਼ਾ ਸੁਜ਼ਾ ਵੀ ਉਹਨੂੰ ਲਾਈ ਸੀ ਜਾਂ ਕੁਛ ਜੋ ਵੀ ਹੈਗਾ, ਇਸ ਬਾਰੇ ਇਤਰਾਜ਼ ਕਾਫੀ ਲੋਕਾਂ ਨੇ ਕੀਤਾ ਸੀ। ਜਿੱਦਾਂ ਹੁਣ ਉਹ ਸ਼ਬਦ ਆਉਂਦੇ ਆ ਨਾ ਵੀ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਦੇ, ਗੁਰੂ ਨਾਨਕ ਜੀ ਨੂੰ ਸੁਣਿਆ, ਹੁਣ ਜਦੋਂ ਗੁਰੂ ਨਾਨਕ ਜੀ ਨੂੰ ਸੁਣਿਆ ਵੇਖਿਆ ਉਦੋਂ ਇਸ਼ਾਰਾ ਰਾਮ ਰਹੀਮ ਵੱਲ ਕਰਦਾ ਪਿਆ, ਜਿੰਨੇ ਵੀ ਸ਼ਬਦ ਇੱਦਾਂ ਦੇ ਹੈਗੇ ਆ ਗੁਰੂ ਨਾਨਕ ਦੀ ਗੱਲ ਆਉਂਦੀ ਆ ਉੱਥੇ ਰਾਮ ਰਹੀਮ ਨੂੰ ਗੁਰੂ ਨਾਨਕ ਬਣਾ ਕੇ ਉਹ ਪੇਸ਼ ਕਰਦਾ, ਪੇਸ਼ ਕਰਦੀ ਆ। ਹੁਣ ਉਹ ਕਿਉਂਕਿ ਰਾਮ ਰਹੀਮ ਦੇ ਸੰਬੰਧ ਵਿੱਚ ਗੱਲਾਂ ਕੀਤੀਆਂ ਗਈਆਂ ਕਿਸੇ ਹੋਰ ਨੇ ਕਿਸੇ ਹੋਰ ਜਗ੍ਹਾ ਤੇ, ਉਹਦੇ ਨਾਲ ਹੋਈਆਂ ਜਿਹਦੇ ਨਾਲ ਸਾਡਾ ਉਦਾਂ ਹੀ ਵਿਰੋਧ ਚੱਲਦਾ ਪਿਆ, ਉਸ ਗੱਲ ਦਾ ਨੋਟਿਸ ਸਾਰਿਆਂ ਨੇ ਲਿਆ। ਪਰ ਮੈਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦਾ ਸਾਡੇ ਪ੍ਰਚਾਰਕਾਂ ਨੂੰ ਗੁਰਬਾਣੀ ਦੀ ਵਰਤੋਂ ਕਰਦੇ ਆ ਤੇ ਲੱਗਦਾ ਵੀ ਉਸੇ ਪੱਧਰ ਦੇ ਉੱਤੇ ਜਿਹੜੇ ਹੈਗੇ ਸਾਡੇ ਪ੍ਰਚਾਰਕ ਜਿਹੜੇ ਹੈਗੇ ਪਹੁੰਚੇ ਹੋਏ, ਆਪਣੀ ਗੱਲ ਕਰਨ ਵਾਸਤੇ ਹਵਾਲਾ ਜਿਹੜਾ ਹੈਗਾ ਉਹ ਗੁਰਬਾਣੀ ਦਾ ਦੇ ਰਹੇ। ਖਾਸ ਕਰਕੇ ਜਦੋਂ ਪ੍ਰਚਾਰਕ ਇਹ ਕਹਿੰਦੇ ਨਾ ਵੀ ਮੈਂ ਗੁਰਬਾਣੀ ਦੇ ਦਾਇਰੇ ਤੋਂ ਬਾਹਰ ਨਹੀਂ ਜਾਂਦਾ, ਮੈਂ ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਨ ਲੱਗਾ, ਗੁਰਬਾਣੀ ਦੇ ਖੇਤਰ ਦੇ ਵਿੱਚ ਰਹਿ ਕੇ ਗੱਲ ਕਰਨ ਲੱਗਾ, ਗੁਰਬਾਣੀ ਸਭ ਤੋਂ ਮਹਾਨ ਆ, ਉਹ ਇਸ ਵਾਸਤੇ ਕਿ ਜਿਹੜੀ ਗੱਲ ਮੈਂ ਕਰਨੀ ਆ ਉਸ ਗੱਲ ਦੇ ਉੱਤੇ ਕੋਈ ਕਿੰਤੂ ਨਾ, ਜਦਕਿ ਜਦੋਂ ਤੁਸੀਂ ਗੁਰਬਾਣੀ ਦੇ ਉਹਨਾਂ ਸ਼ਬਦਾਂ ਨੂੰ ਦੇਖਦੇ ਆ, ਹਾਂਜੀ, ਉਹਨਾਂ ਸ਼ਬਦਾਂ ਦਾ ਸੰਦਰਭ ਹੀ ਕੁਝ ਹੋਰ ਹੁੰਦਾ, ਕਿਸੇ ਹੋਰ ਹੀ ਕੰਟੈਕਸਟ ਦੇ ਵਿੱਚ ਉਹ ਗੱਲ ਜਿਹੜੀ ਆ ਗੁਰੂ ਸਾਹਿਬ ਨੇ ਕੀਤੀ ਹੋਈ ਹੁੰਦੀ। ਜਿੱਦਾਂ ਸੰਤੋਖ ਸਿੰਘ ਵਾਲੀ ਤੁਸੀਂ ਗੱਲ ਕਹਿੰਦੇ ਹੀ ਆ, ਅਗਲੇ ਨੇ ਟਕਸਾਲ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹੀ ਇੱਦਾਂ ਕੀਤੀ ਆ, ਕੋਈ ਨਾ ਕੋਈ ਉਥਾਨਕਾ ਜੋੜ ਕੇ, ਹਾਂਜੀ, ਇੱਕ ਸਾਖੀ ਸੁਣਾ ਦਿੱਤੀ ਆ, ਜਿੱਦਾਂ ਮਸਕੀਨ ਪਹਿਲਵਾਨ ਦੀ ਆ, ਪਹਿਲਵਾਨ ਸੀਗਾ ਇੱਦਾਂ ਹੋ ਗਿਆ, ਇੱਦਾਂ ਪ੍ਰਸ਼ਾਦਾ ਛਕਾਉਣਾ ਸੀ, ਉਹਨੂੰ ਪਤਾ ਸੀ ਸਿੱਖ ਨੇ ਪ੍ਰਸ਼ਾਦਾ ਛਕਾਉਣਾ ਹੈ, ਉਹ ਟਹਿ ਗਿਆ, ਗੁਰੂ ਸਾਹਿਬ ਨੂੰ ਪਤਾ ਲੱਗਾ, ਉਹ ਕਹਿੰਦੇ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ। ਹੁਣ ਹੋਇਆ ਕੀ ਆ ਵੀ ਉਹ ਜਿਹੜੀ ਹੈਗੀ ਆ ਬਾਣੀ ਪਹਿਲਾਂ ਲਿਖੀ ਹੋਈ ਆ, ਸਾਖੀ ਨਾ ਬਾਜ ਬਣਾ ਦਿੱਤੀ ਆ ਉਹਦੇ ਨਾਲ ਜੋੜਨ ਵਾਸਤੇ। ਤੁਸੀਂ ਪਿਛਲੇ ਦਿਨ ਦੇਖਿਆ ਹੋਣਾ, ਖਾਸ ਕਰਕੇ ਹਰ ਸਾਲ ਤੁਸੀਂ ਦੇਖਦੇ ਆ, ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰ ਲਓ ਜਾਂ ਕਿਸੇ ਵੀ ਵੱਡੇ ਇਤਿਹਾਸਕ ਸਥਾਨ ਦੀ ਗੱਲ ਕਰ ਲਓ ਜਿੱਥੇ ਗੁਰਬਾਣੀ ਦਾ ਕੀਰਤਨ ਹਰ ਵੇਲੇ ਚੱਲਦਾ ਰਿਹਾ, ਮੈਂ ਪਿਛਲੇ ਸਾਲ ਵੀ ਤਜਰਬਾ ਕੀਤਾ ਸੀਗਾ, ਹਾਂਜੀ, ਤੁਸੀਂ 31 ਅਕਤੂਬਰ ਦਾ ਕੀਰਤਨ ਸੁਣ ਲਓ ਤੇ 1 ਨਵੰਬਰ ਦਾ ਕੀਰਤਨ ਸੁਣ ਲਓ, ਹਾਂਜੀ, ਜ਼ਮੀਨ ਅਸਮਾਨ ਦਾ ਫਰਕ ਹੋਣਾ ਉੱਥੇ, 31 ਅਕਤੂਬਰ ਤੋਂ ਸ਼ਬਦ ਕਿਹੜੇ ਤਰੀਕੇ ਦੇ ਗਾਏ ਜਾ ਰਹੇ ਆ ਔਰ 1 ਨਵੰਬਰ ਤੋਂ ਸ਼ਬਦ ਜਿਹੜੇ ਹੈਗੇ ਕਿਹੜੇ ਤਰੀਕੇ ਦੇ ਗਾਏ ਜਾ ਰਹੇ। ਜਿਸ ਦਿਨ ਇੰਦਰਾ ਗਾਂਧੀ ਨੂੰ ਮਾਰਿਆ ਉਸ ਦਿਨ ਸ਼ਬਦ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ, ਸ਼ਬਦ ਜਿਹੜੇ ਹੈਗੇ ਆ ਹਰੇਕ ਸਥਾਨ ਤੋਂ ਇਸ ਤਰੀਕੇ ਦੇ ਸ਼ਬਦ ਜਿਹੜੇ ਹੈਗੇ ਉਹ ਗਾਏ ਜਾਂਦੇ ਆ, ਤੇ ਜਦੋਂ 1 ਨਵੰਬਰ 2 ਨਵੰਬਰ ਆਉਂਦੀ ਆ ਫਿਰ 31 ਮਾਰ ਪਈ ਕਰਦਾਣੇ ਟੈਂਕੀ ਦਰਦ ਨਾ, ਕਰੀਬਨ ਹਰੇਕ ਸਾਲ ਮੈਂ ਇਹ ਦੇਖਦਾ ਜਾ, ਔਰ ਜਿੰਨੇ ਵੀ ਵੱਡੇ ਇਤਿਹਾਸਕ ਸਥਾਨ ਹੈਗੇ ਆ ਇਸੇ ਤਰੀਕੇ ਦੇ ਨਾਲ ਸ਼ਬਦ ਜਿਹੜੇ ਹੈਗੇ ਆ
ਉਹ ਗਾਏ ਜਾਂਦੇ ਆ ਵੀ ਲੱਗਦਾ ਵੀ ਸ਼ਾਇਦ ਸ਼ਬਦ ਜਿਹੜੇ ਇਸੇ ਵਾਸਤੇ ਜਿਹੜੇ ਹੈਗੇ ਉਚਾਰਨ ਕੀਤੇ ਹੋਏ ਨਹੀਂ ਨਹੀਂ ਉਹਨੇ ਤਾਂ ਚੇਤਾ ਭਿੰਡਰਾਂ ਵਾਲੇ ਬਾਰੇ ਨੀ ਸੀ ਸੁਰਿੰਦਰ ਸਿੰਘ ਨੇ ਬਣਾ ਤਾ ਹਾਂਜੀ ਉਹਨ 78 ਜਾਣ 97 ਉਹ ਬੜੀ ਵੱਡੀ ਮੁਸ਼ਕਲ ਸਾਡੇ 97 ਤੋਂ ਪਹਿਲਾਂ ਤੱਕ ਬਣੀ ਰਹੀ ਹੈ ਮੈਨੂੰ ਚੇਤਾ 95-96 ਚ ਬੜਾ ਰੌਲਾ ਪੈਂਦਾ ਹੁੰਦਾ ਸੀ ਮੈਂ ਕਹਿੰਦਾ 2005 ਚ ਜਾ ਕੇ ਇਹ ਠਾਕੁਰ ਸੂ ਨੇ ਡਿਕਲੇਅਰ ਕੀਤਾ ਸੀ ਵੀ ਸ਼ਹੀਦ ਆ ਭਿੰਡਰਾਂ ਵਾਲਾ ਠੀਕ ਉਦੋਂ ਤੱਕ ਤਾਂ ਮੰਨੇ ਹੀ ਨੀ ਇਹ ਪਹਿਲਾਂ ਇਹ ਕਹੀ ਗਿਆ ਵੀ 97 ਚ ਆ ਜਾਣਾ ਮੁੜ ਕੇ ਉਹਦੇ ਬਾਰੇ ਵੀ ਧਾਰਨਾਵਾਂ ਜਿਹੜੀਆਂ ਹੈਗੀਆਂ ਹਾਂ ਇੱਕ ਹਾਵੀ ਗੱਲ ਸੀਗੀ ਜਿਹੜੀ ਤੁਸੀਂ ਗੱਲ ਕਰਦੇ ਪਏ ਆ ਇੱਕ ਧਾਰਨਾ ਹੋਰ ਬਣੀ ਹੋਈ ਸੀਗੀ ਨਾ ਉਹ ਨਿਰੰਕਾਰੀਆਂ ਤੋਂ ਸੰਬੰਧ ਵਿੱਚ ਵੀ 78 ਦੇ ਵਿੱਚ ਹੋਇਆ ਸੀਗਾ ਆਹੋ ਵੀ 97 ਦੇ ਵਿੱਚ ਜਿਹੜਾ ਹੈਗਾ ਖਾਲਸਾ ਰਾਜ ਆ ਜਾਣਾ ਵੀ 98 ਦੇ ਵਿੱਚ ਉਹ ਆਇਆ ਤੇ 97 ਦੇ ਵਿੱਚ ਉਹ ਕੰਮ ਖਤਮ ਹੋ ਜਾਣਾ ਮੈਨੂੰ ਚੇਤਾ 95-96 ਦੇ ਵਿੱਚ ਇਹ ਗੱਲਾਂ ਆਮ ਹੁੰਦੀਆਂ ਸੀਗੀਆਂ ਸਵਾਲ ਵੀ ਮੋਸਟਲੀ ਜਿਹੜੇ ਆ ਇਸੇ ਤਰੀਕੇ ਦੇ ਹੁੰਦੇ ਹਾਲਾਂਕਿ ਕੌਣ ਸਮਝਾਏ ਵੀ ਉਹ ਜਿਹੜੀ ਈਸਵੀ ਸਨ ਦਾ ਜ਼ਿਕਰ ਜਿਹੜਾ ਹੈਗਾ ਗੁਰੂ ਸਾਹਿਬ ਦੇ ਵੇਲੇ ਕਿੱਥੋਂ ਚੱਲ ਪਿਆ 78-97 ਦਾ ਇੰਗਲਿਸ਼ ਸਨ ਜਿਹੜਾ ਹੈਗਾ ਉਹ ਥੋੜੀ ਗੁਰੂ ਸਾਹਿਬ ਨੇ ਵਰਤਣਾ ਸੀ ਉਸ ਵੇਲੇ ਨਾਲੇ ਇੱਕ ਨੁਕਤਾ ਗਿਆਨੀ ਜੀ ਸਰੋਤਿਆਂ ਲਈ ਆ ਹਾਂਜੀ ਵੀ ਸ੍ਰਿਸ਼ਟੀ ਦੇ ਵਿੱਚ ਨਾ ਕਿਸੇ ਵੀ ਕ੍ਰੀਏਚਰ ਦੇ ਕੋਲ ਸਾਇੰਸ ਦੇ ਸਾਧਨਾਂ ਤੋਂ ਬਿਨਾਂ ਕੋਈ ਇੱਦਾਂ ਦੀ ਯੁਗਤੀ ਨਹੀਂ ਹੈਗੀ ਜਿਹੜਾ ਉਹ ਵਾਪਰਨ ਵਾਲੀਆਂ ਘਟਨਾਵਾਂ ਦੇ ਬਾਰੇ ਦੱਸ ਦੇਵੇ ਬਿਲਕੁਲ ਕੋਈ ਡਾਕਟਰ ਇਹ ਦੱਸ ਸਕਦਾ ਆ ਵੀ ਦੇਖ ਭਾਈ ਪਿਛਲੇ 6 ਮਹੀਨਿਆਂ ਚ ਤੇਰੀ ਸ਼ੂਗਰ ਦਾ ਲੈਵਲ ਇੰਨੇ ਤੋਂ ਇੰਨੇ ਵੱਧ ਗਿਆ ਭਈ ਜੇ ਤੂੰ ਇਸੇ ਤਰ੍ਹਾਂ ਕਰਦਾ ਰਿਹਾ ਤਾਂ ਆਉਣ ਵਾਲੇ 1.5 ਸਾਲ ਚ ਇੰਨਾ ਨੁਕਸਾਨ ਤੇਰਾ ਹੋ ਜਾਣਾ ਤੇ ਤੇਰਾ ਕੈਲਸ਼ੀਅਮ 3-5 ਸਾਲਾਂ ਚ ਏਦਾਂ ਇੰਨਾ ਉਚਾਈ ਚਲਾ ਗਿਆ ਆ ਆਪਣੇ ਆਪ ਠੀਕ ਹੋ ਜਾਂਦਾ ਜੇ ਗਾਹਾਂ ਇਸ ਲੈਵਲ ਤੇ ਹਿੱਟ ਕਰ ਗਿਆ ਤੇਰਾ ਨੁਕਸਾਨ ਹੋ ਜਾਊਗਾ ਇਹ ਸਮਝ ਹੋ ਸਕਦੀ ਆ ਪਰ ਘਟਨਾਵਾਂ ਬਾਰੇ ਕੁਛ ਨੀ ਕੋਈ ਕਹਿ ਸਕਦਾ ਉਹ ਵੀ ਉਹਦੇ ਕੋਲ ਕਿਉਂਕਿ ਐਵੀਡੈਂਸ ਹੈਗੇ ਆ ਹਾਂ ਉਹਦੇ ਕੋਲ ਪ੍ਰਯੋਗ ਕੀਤੇ ਹੋਏ ਹੈਗੇ ਆ ਤੁਹਾਡੀਆਂ ਰਿਪੋਰਟਾਂ ਜਿਹੜੀਆਂ ਉਹਦੇ ਕੋਲ ਹੈਗੀਆਂ ਵਾ ਉਹਦਾ ਐਕਸਪੀਰੀਅੰਸ ਹੈਗਾ ਉਸ ਤਰੀਕੇ ਦਾ ਜਾਂ ਹੁਣ ਤੁਸੀਂ ਜੂਨ ਦੇ ਵਿੱਚ ਵੀ ਮੈਂ ਐਤਕੀ ਸੁਣਦਾ ਪਿਆ ਸੀ ਸ਼ਬਦ ਹਾਂਜੀ ਜਦੋਂ ਜੂਨ 84 ਦਾ ਗੱਲ ਚੱਲਦੀ ਆ ਉੱਥੇ ਵੀ ਤੁਸੀਂ 1 ਜੂਨ ਤੋਂ ਲੈ ਲਓ 6 ਜੂਨ ਤੱਕ ਸ਼ਬਦ ਬਸ ਇਸੇ ਤਰੀਕੇ ਦੇ ਨਾਲ ਰਾਜੇ ਪਾਪ ਕਮਾਮ ਦੇ ਸੰਤਾਂ ਨਾਲ ਵੈਰ ਕਮਾਮ ਦੇ ਔਰ 6 ਤਰੀਕ ਜਾਂ 5 ਜਾਂ 6 ਤਰੀਕ ਜਦੋਂ ਸੰਤਾਂ ਦੀ ਸ਼ਹੀਦੀ ਹੋਈ ਆ ਉਸ ਵੇਲੇ ਤੇ ਕਈ ਵਾਰੀ ਮੈਂ ਸੋਚਦਾ ਸੀਗਾ ਵੀ ਸ਼ਬਦ ਗਾਉਣ ਵਾਲਿਆਂ ਨੂੰ ਇੱਕ ਤਾਂ ਹੈ ਨਾ ਵੀ ਬੰਦਾ ਇਸ ਤਰੀਕੇ ਦੇ ਸ਼ਬਦ ਲੱਭ ਲੱਭ ਕੇ ਲਿਆਉਂਦਾ ਤੇ ਕਈ ਤਾਂ ਰਾਗੀ ਵੀ ਉਹਨਾਂ ਨੂੰ ਪਤਾ ਹੈ ਵੀ ਸ਼ਬਦ ਦਾ ਮਤਲਬ ਕੀ ਨਿਕਲ ਰਿਹਾ ਵਾ ਜਾਂ ਅਸੀਂ ਸੁਣਿਆ ਜਿਹੜਾ ਹੈਗਾ ਉਹਦੇ ਲਈ ਕੀ ਦੇ ਰਹੇ ਆ ਇੱਕ ਤਾਂ ਚਲੋ ਸ਼ਬਦਾਂ ਦੀ ਇਸ ਤਰੀਕੇ ਦੇ ਨਾਲ ਵਰਤੋਂ ਕਰਦੇ ਆ ਨਾ ਜਿੱਦਾਂ ਹੁਣ 6 ਤਰੀਕ ਨੂੰ ਉਧਰ ਸੰਤਾਂ ਦੀ ਸ਼ਹੀਦੀ ਹੋਈ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੁਣ ਸ਼ਬਦ ਉਧਰ ਪਤਾ ਕੀ ਗਾਇਆ ਜਾ ਰਿਹਾ ਸੀਗਾ ਹੁਣ ਉਹਦਾ ਸ਼ਬਦ ਕੱਢੋ ਵੀ ਉਹਦਾ ਮਤਲਬ ਕੀ ਨੇ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦੀ ਦਰਬਾਰ ਸਾਹਿਬ ਤੋਂ ਸ਼ਬਦ ਇਹ ਗਾਇਆ ਗਿਆ ਉਸ ਵੀ ਹੁਣ ਇਹ ਨੀ ਪਤਾ ਵੀ ਜੈਕਾਰ ਕਿਹਦੀ ਹੋਈ ਆ ਤੇ ਜਿੱਤ ਕਿਹਦੀ ਹੋਈ ਤੇ ਸਜ਼ਾ ਕਿਹਨੂੰ ਮਿਲੀ ਮਿਲੀ ਆ ਦੇਖਣ ਨੂੰ ਤੇ ਇਹ ਆ ਵੀ ਸੰਤ ਜਰਨੈਲ ਸਿੰਘ ਨੂੰ ਉਹਨਾਂ ਨੇ ਸ਼ਹੀਦ ਕਰ ਦਿੱਤਾ ਸਿੱਖ ਜਿਹੜੇ ਸ਼ਹੀਦ ਕਰ ਦਿੱਤੇ ਹੁਣ ਉੱਥੇ ਵੀ ਸ਼ਬਦ ਗਾਇਆ ਕਿ ਪਾਪੀ ਕੋ ਡੰਡ ਦੀ ਵੀ ਹੁਣ ਪਾਪੀ ਤੁਸੀਂ ਕਿਹਨੂੰ ਆਖ ਰਹੇ ਆ ਕਿਹਨੂੰ ਮੰਨ ਰਹੇ ਆ ਜਾਣੀ ਕਿ ਬਿਲਕੁਲ ਹੀ ਗੁਰਬਾਣੀ ਦਾ ਜਿਹੜਾ ਗੁਰੂ ਸਾਹਿਬ ਵੀ ਜਦ ਕਿਤੇ ਦੇਖਦੇ ਹੋਣਗੇ ਵੀ ਗੁਰਬਾਣੀ ਕਿਹਨਾਂ ਦੇ ਵੱਸ ਵਿੱਚ ਪਏ ਨਹੀਂ ਇੱਕ ਚੀਜ਼ ਹੋਰ ਵੀ ਨੋਟ ਕਰਿਓ ਤੁਸੀਂ ਚਾਹੇ ਟਕਸਾਲ ਆ ਹਾਂਜੀ ਚਾਹੇ ਅਖੰਡ ਕੀਰਤਨੀ ਜਥਾ ਆ ਹਾਂਜੀ ਕੋਈ ਲੌਬੀ ਇੱਦਾਂ ਦੀ ਆ ਜਿਹੜੀ ਰਾਧਾ ਸਵਾਮੀਆਂ ਦਾ ਵਿਰੋਧ ਕਰਦੀ ਆ ਕੋਈ ਗਰੁੱਪ ਇੱਦਾਂ ਦਾ ਆ ਜਿਹੜਾ ਸਰਸੇ ਵਾਲੇ ਦਾ ਵਿਰੋਧ ਕਰਦਾ ਆ ਭਈ ਜਾਂ ਈਵਨ ਮੈਨੂੰ ਯਾਦ ਆ ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਜੀਵਨੀ ਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਭਈ ਅਸੀਂ ਛੋਟੇ ਹੁੰਦੇ ਜਦੋਂ ਸਕੂਲ ਜਾਂਦੇ ਹੁੰਦੇ ਸੀ ਬਾਹਮਣਾਂ ਦਾ ਮੁੰਡਾ ਹਿੰਦੂਆਂ ਦਾ ਮੁੰਡਾ ਸੀ ਉਹ ਭਈ ਉਦੋਂ ਕਿਸੇ ਮੁਸਲਮਾਨ ਕਾਜ਼ੀ ਦੀ ਗੱਲ ਕਰਦੇ ਸੀ ਉਹ ਭਈ ਉਹਨੇ ਕੋਈ ਗੱਲ ਹੋਈ ਮੈਨੂੰ ਘਟਨਾ ਨੀ ਪੂਰੀ ਚੇਤੇ ਪਰ ਪੰਕਤੀ ਚੇਤੇ ਆ ਉਹਨੇ ਇਹ ਪੰਕਤੀ ਵਰਤੀ ਸੀ ਭਈ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਕੇ ਗਿਓ ਆ ਭਈ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਤੇ ਜੇ ਉਹ ਧਰਮ ਦੀ ਗੱਲ ਕਰਨ ਤਾਂ ਉਹਨਾਂ ਨੂੰ ਵਕਤ ਨਾ ਪਾ ਦਿਓ ਜਾਣੀ ਭਵਿੱਖ ਲਈ ਜਦਕਿ ਉਹ ਗੱਲ ਹੈਗੀ ਆ
ਬੀਤੇ ਹੋਏ ਲਈ ਤੇ ਉਹ ਅਰਥ ਕਰਨ ਲੱਗਾ ਉਹਦੇ ਭਵਿੱਖ ਲਈ ਕਰਕੇ ਗਿਆ ਤੇ ਭਵਿੱਖ ਦੇ ਵਿੱਚ ਜੇ ਮੁਸਲਮਾਨਾਂ ਦਾ ਕੋਈ ਪੁਜਾਰੀ ਆਹ ਗੱਲ ਕਰਨ ਲੱਗੇ ਤੇ ਉਹਨੂੰ ਜਿੱਦਾਂ ਕਹਿੰਦੇ ਨੇ ਵਕਤ ਪਾਤਾ ਇੰਝ ਤਾਂ ਤੇ ਰੋਕਿਓ ਨਾ ਉਹ ਚ ਰੋਕ ਟੋਕ ਨਾ ਕਰਿਓ ਹੁਣ ਜਾਣੀ ਹਰੇਕ ਧਿਰ ਜਦੋਂ ਕਿਸੇ ਦੂਜੇ ਨੂੰ ਟੋਕ ਰਹੀ ਆ ਆਪਣੇ ਪੱਧਰ ਤੇ ਸਮਝ ਰਹੀ ਵੀ ਦੇਖੋ ਇਹ ਬੰਦਾ ਗੁਰਬਾਣੀ ਦੀ ਇਸ ਪੰਕਤੀ ਦੇ ਗਲਤ ਅਰਥ ਕਰ ਰਿਹਾ ਆ ਰਾਧਾ ਸਵਾਮੀਆਂ ਬਾਰੇ ਦੇਖ ਲਓ ਦਾਦੂ ਵਾਲ ਹੁਣੀ ਵੀ ਕਹਿੰਦੇ ਆ ਅੱਛਾ ਸਰਸੇ ਵਾਲੇ ਬਾਰੇ ਜਿਹੜੀ ਅਨੰਦ ਸਾਹਿਬ ਦੀ ਪੰਕਤੀ ਆ ਤੇ ਉਹ ਜਿਹਦੇ ਵਿੱਚ ਆਉਂਦਾ ਸੰਤ ਸਾਜਨ ਭੈ ਸਾਰਸੇ ਹੁਣ ਸ਼ਹਿਰ ਦਾ ਨਾਂ ਸਿਰਸਾ ਆਇਆ ਉਹ ਜਿਹੜੇ ਉਹ ਕਰਦੇ ਆ ਸਾਡੇ ਬੰਦੇ ਦਲੀਲ ਹੀ ਦਿੰਦੇ ਸੀ ਵੀ ਦੇਖੋ ਜੀ ਸ਼ਹਿਰ ਦਾ ਨਾਂ ਆ ਸਿਰਸਾ ਜਦੋਂ ਉਹ ਆਮ ਲੋਕਾਂ ਨੂੰ ਭੰਬਲ ਭੂਸੇ ਚ ਪਾਉਂਦੇ ਆ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਵੀ ਸੰਤ ਸਾਜਨ ਭੈ ਸਰਸੇ ਵੀ ਜਿਹੜਾ ਅਸਲੀ ਸੰਤ ਆ ਸਰਸੇ ਵਿੱਚ ਆ ਉਹ ਮਤਲਬ ਮੈਂ ਗੱਲ ਕਰਦਾ ਵੀ ਹਰੇਕ ਧਿਰ ਇੱਦਾਂ ਹੀ ਤੁਸੀਂ ਭਾਈ ਰਣਧੀਰ ਸਿੰਘ ਨੂੰ ਪੜ੍ਹ ਕੇ ਦੇਖ ਲਿਓ ਉਹ ਬਹੁਤ ਜਗ੍ਹਾ ਤੇ ਉਹਨੂੰ ਜ਼ਿਕਰ ਕੀਤਾ ਵੀ ਗੁਰਬਾਣੀ ਦੀ ਇਸ ਪੰਕਤੀ ਦੇ ਅਰਥ ਇਹ ਆ ਅਸਲ ਚ ਆਹ ਕਰਦੇ ਆ ਇਹ ਟਕਸਾਲੀਆਂ ਨੂੰ ਦੇਖ ਲਓ ਪਰ ਜਦੋਂ ਆਪ ਕਰਦੀ ਹੁਣ ਇੱਕ ਬੰਦਾ ਆ ਆਪ ਤੋਂ ਥਲੜੇ ਨੂੰ ਕਹਿ ਰਿਹਾ ਗਲਤ ਅਰਥ ਕਰਦਾ ਆ ਜਿਹੜਾ ਮਿਸ਼ਨਰੀ ਚੱਲ ਗਏ ਉਹ ਮਿਸ਼ਨਰੀ ਦੋਹਾਂ ਨੂੰ ਕਹਿੰਦੇ ਆ ਵੀ ਗਲਤ ਅਰਥ ਕਰਦੇ ਆ ਮਤਲਬ ਦੂਜੇ ਨੂੰ ਉਤਲੇ ਨੂੰ ਕਬੂਲ ਨੀ ਕਰ ਰਿਹਾ ਥੱਲੇ ਨੂੰ ਰਿਜੈਕਟ ਕਰੀ ਜਾਂਦਾ ਹੈ ਬਿਲਕੁਲ ਬਿਲਕੁਲ ਮੈਨੂੰ ਯਾਦ ਹੈ ਜਿੱਦਾਂ ਆਪਣੇ ਵੈਨਕੂਵਰ ਸੀਗਾ ਇੱਕ ਸਿੰਘ ਹਾਂਜੀ ਉਹਨਾਂ ਦਾ ਲਾਸਟ ਨੇਮ ਉਬੀ ਸੀਗਾ ਉਹਨਾਂ ਗੱਲਬਾਤ ਕਰਦੇ ਆ ਉਹਨੇ ਵੀ ਏਦਾਂ ਗੁਰਬਾਣੀ ਦੀ ਪੰਕਤੀ ਮੈਨੂੰ ਸੁਣਾ ਦਿੱਤੀ ਵੀ ਸਾਡਾ ਵੱਡਾ ਵਡੇਰਾ ਜਿਹੜਾ ਹੈਗਾ ਗੁਰੂ ਅਮਰਦਾਸ ਦਾ ਸੇਵਕ ਸੀਗਾ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਹੋਇਆ ਵੀ ਮਨ ਤਨ ਆ ਗਿਆ ਰਾਖ ਕੇ ਉਬੀ ਸੇਵ ਕਰੇ ਅੱਛਾ ਵੀ ਉਹ ਸਾਡਾ ਜਿਹੜਾ ਵੱਡਾ ਵਡੇਰਾ ਸੀਗਾ ਉਹ ਗੁਰੂ ਸਾਹਿਬ ਜੀ ਦਾ ਬੜਾ ਵੱਡਾ ਸੇਵਕ ਸੀਗਾ ਉਹਦਾ ਜ਼ਿਕਰ ਜਿਹੜਾ ਹੈਗਾ ਬਾਣੀ ਚ ਆਇਆ ਠੀਕ ਆ ਜਾਣੀ ਕਿ ਹੁਣ ਜਿਹੜਾ ਬੰਦਾ ਗੁਰਬਾਣੀ ਨੂੰ ਸਮਝਦਾ ਹੈਗਾ ਉਹ ਇਹ ਗੱਲਾਂ ਸੁਣ ਕੇ ਹਾਸਾ ਨੀ ਆਉਂਦਾ ਇਹਨਾਂ ਲੋਕਾਂ ਦੇ